ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਪੰਜਾਬੀ ਕੁਆਲੀਫਾਈਇੰਗ ਨੇਚਰ ਦਾ ਜੋ ਐਗਜ਼ਾਮ ਹੈ ਪੇਪਰ A ਦਾ ਨਾਮ ਦਿੱਤਾ ਗਿਆ ਉਹਦੇ ਇਸ ਤੋਂ ਪਹਿਲਾਂ ਤਿੰਨ ਲੈਕਚਰ ਹੈ ਜੋ ਲਗਾ ਚੁੱਕੇ ਹਾਂ ਅੱਜ ਚੌਥੇ ਲੈਕਚਰ ਦੇ ਵਿੱਚ ਸੂਫੀ ਕਾਵ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਲੈਕਚਰ ਨੰਬਰ 4 ਦੇ ਵਿੱਚ ਬਾਬਾ ਫਰੀਦ ਜੀ ਦੇ ਬਾਰੇ ਲੈਕਚਰ ਨੰਬਰ 5 ਦੇ ਵਿੱਚ ਸ਼ਾਹ ਹੁਸੈਨ ਤੇ ਲੈਕਚਰ ਨੰਬਰ 6 ਦੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ ਬੁੱਲੇ ਸ਼ਾਹ ਜੀ ਦੇ ਬਾਰੇ ਤੇ ਉਸ ਤੋਂ ਬਾਅਦ ਹੈ ਜੋ ਦੋ ਮੌਕ ਟੈਸਟ ਲਗਾਏ ਜਾਣਗੇ ਦੋ ਮੌਕ ਟੈਸਟ ਪਹਿਲਾਂ ਲਗਾਏ ਜਾ ਚੁੱਕੇ ਨੇ ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵੀਡੀਓ ਲੈਕਚਰ 4 ਬਾਬਾ ਫਰੀਦ ਜੀ ਬਾਬਾ ਫਰੀਦ ਜੀ ਨੇ ਜੋ ਇਹਨਾਂ ਦਾ ਪੂਰਾ ਨਾਮ ਸੀ ਸ਼ੇਖ ਫਰੀਦਉਦੀਨ ਮਸੂਦ ਸ਼ਕਰਗੰਜ ਸ਼ਕਰਗੰਜੇ ਦੇ ਬਾਰੇ ਆਪਾਂ ਅੱਗੇ ਚਰਚਾ ਕਰਾਂਗੇ ਇਹਨਾਂ ਦੇ ਨਾਮ ਦੇ ਨਾਲ ਸ਼ਕਰਗੰਜੇ ਸ਼ਬਦ ਕਿਉਂ ਜੁੜਿਆ ਮਹਾਜੀ ਬਾਬਾ ਫਰੀਦ ਜੀ ਦਾ ਨਾਮ ਹੈ ਸ਼ੇਖ ਫਰੀਦੂਦੀਨ ਮਸੂਦ ਸ਼ਕਰਗੰਜ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਸ਼ੇਖ ਜਮਾਲਉਦੀਨ ਸੁਲੇਮਾਨ ਪਿਆਰੇ ਵਿਦਿਆਰਥੀਓ ਇਹ ਵੀਡੀਓ ਹੈ ਜੋ ਇਹ ਪੇਪਰ ਦੇ ਲੈਵਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਬਣਾਈ ਗਈ ਹੈ ਇਹ ਮਾਤਾ ਜੀ ਦਾ ਨਾਮ ਹੈ ਮਰੀਮ ਜਾਂ ਕਰਸੂਮ ਖਾਤੂਨ ਵੀ ਲਿਖਿਆ ਜਾਂਦਾ ਕਿਤੇ ਦੋਨੇ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ ਮਰੀਮ ਜਾਂ ਕਰਸੂਮ ਖਾਤੂਨ ਜਨਮ ਦਾ ਸਾਲ ਹੈ ਜੀ ਇਹਨਾਂ ਦਾ 1173 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਦਾ ਜਨਮ ਹੋਇਆ ਹੈ ਬੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਜਨਮ ਸਥਾਨ ਹੈ ਜੀ ਪਿੰਡ ਖੋਤਵਾਲ ਕਿਤੇ ਕਿਤੇ ਇਹ ਕੋਠਵਾਲ ਵੀ ਲਿਖਿਆ ਹੋਇਆ ਮਿਲਦਾ ਹੈ ਇਹ ਦਾ ਹੁਣ ਨਾਮ ਹੈ ਜੋ ਚੌਲੀ ਮਸ਼ੀਖ ਹੈ ਤੇ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਮੌਜੂਦਾ ਨਾਮ ਹੈ ਜੀ ਇਹਨਾਂ ਦਾ ਮੌਜੂਦਾ ਜੋ ਪਿੰਡ ਦਾ ਨਾਮ ਹੈ ਉਹ ਹੈ ਜੀ ਚੌਲੀ ਮਸ਼ੀਖ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਉਹ ਇਹਨਾਂ ਦੇ ਮੁਰਸ਼ਿਦ ਦਾ ਨਾਮ ਹੈ ਜੀ ਸੂਫੀ ਕਾਫ ਧਾਰਾ ਦੇ ਵਿੱਚ ਜੋ ਮੁਰਸ਼ਿਦ ਹੈ ਉਹਨੂੰ ਗੁਰੂ ਨੂੰ ਮੁਰਸ਼ਿਦ ਕਿਹਾ ਜਾਂਦਾ ਹੈ ਤਾਂ ਮੁਰਸ਼ਿਦ ਦੇ ਸ਼ਬਦ ਹੈ ਜੋ ਬਾਰ ਬਾਰ ਆਣਾ ਹੈ ਮੁਰਸ਼ਿਦ ਦਾ ਭਾਵ ਹੈ ਜੀ ਗੁਰੂ ਬਾਬਾ ਫਰੀਦ ਜੀ ਦੇ ਮੁਰਸ਼ਿਦ ਦਾ ਨਾਮ ਸੀ ਜੀ ਖਵਾਜਾ ਕুতਬਦੀਨ ਬਖਤਿਆਰ ਕਾਕੀ ਖਵਾਜਾ ਕুতਬਦੀਨ ਬਖਤਿਆਰ ਕਾਕੀ ਇਹਨਾਂ ਦੇ ਮੁਰਸ਼ਿਦ ਦਾ ਨਾਮ ਸੀ ਇਹ ਵੀ ਧਿਆਨ ਦੇ ਵਿੱਚ ਰੱਖਣਾ ਆਪ ਨੂੰ ਗੰਝੇ ਸ਼ਕਰ ਭਾਵ ਮਿਠਾਸ ਦਾ ਖਜ਼ਾਨਾ ਕਿਹਾ ਜਾਂਦਾ ਆਪ ਨੂੰ ਮਿਠਾ ਆਪਦੀ ਬੋਲਬਾਨੀ ਹੈ ਜਿਹੜੀ ਉਹ ਬੜੀ ਮਿੱਠੀ ਸੀ ਇਸ ਕਰਕੇ ਆਪ ਨੂੰ ਗੰਝੇ ਸ਼ੱਕਰ ਜਾਂ ਉੱਪਰ ਦੱਸਿਆ ਸੀ ਤੁਹਾਨੂੰ ਸ਼ੱਕਰ ਗੰਝ ਕਿਹਾ ਜਾਂਦਾ ਹੈ ਮਿਠਾਸ ਕਰਕੇ ਬੋਲਾਂ ਦੇ ਵਿੱਚ ਮਿਠਾਸ ਸੀ ਆਪ ਜੀ ਦੀ ਜੋ ਰਚਨਾ ਪ੍ਰਾਪਤ ਹੁੰਦੀ ਹੈ ਉਹ ਸ਼ਬਦਾਂ ਅਤੇ ਸਲੋਕਾਂ ਦੇ ਵਿੱਚ ਪ੍ਰਾਪਤ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਜੀ ਦੇ 112 ਸ਼ਲੋਕ ਅਤੇ ਚਾਰ ਸ਼ਬਦ ਦਰਜ ਹਨ ਪਿਆਰੇ ਵਿਦਿਆਰਥੀਓ ਮਾਸਟਰ ਕੈਡਰ ਦੇ ਵਿੱਚ ਵੀ ਇਹ ਕਈ ਵਾਰੀ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ 112 ਸ਼ਲੋਕ ਅਤੇ ਚਾਰ ਸ਼ਬਦ ਦਰਜ ਹਨ ਨੋਟ ਕਰਿਓ ਜੀ ਧਿਆਨ ਦੇ ਨਾਲ ਇਹ ਜੋ ਚਾਰ ਸ਼ਬਦ ਨੇ ਦੋ ਰਾਗ ਆਸਾ ਦੇ ਵਿੱਚ ਨੇ ਤੇ ਦੋ ਸ਼ਬਦ ਨੇ ਜੋ ਰਾਗ ਸੁਹੀ ਦੇ ਵਿੱਚ ਨੇ ਪੜਿਆ ਸੀ ਰਾਗਾਂ ਦੇ ਬਾਰੇ ਪਿਛਲੀ ਵੀਡੀਓ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 31 ਰਾਗ ਨੇ ਜੋ ਗੁਰੂ ਬਾਬਾ ਫਰੀਦ ਜੀ ਦੇ ਸ਼ਲੋਕ ਨੇ ਦੋ ਤਾਂ ਰਾਗ ਅਸਾ ਦੇ ਵਿੱਚ ਨੇ ਤੇ ਦੋ ਰਾਗ ਸੁਹੀ ਦੇ ਵਿੱਚ ਨੇ ਇਹ ਬਾਬਾ ਜੀ ਦੀ ਹੈ ਜੋ ਬਾਬਾ ਫਰੀਦ ਜੀ ਹੈ ਇਹਨਾਂ ਦੀ ਮਜ਼ਾਰ ਹੈ ਜੋ ਉਹ ਪਾਕਪਟਨ ਵਿਖੇ ਸਥਿਤ ਹੈ ਪਾਕਪਟਨ ਵਿਖੇ ਇਹਨਾਂ ਦੀ ਜੋ ਮਜ਼ਾਰ ਹੈ ਇਹ ਬਾਬਾ ਫਰੀਦ ਜੀ ਦਾ ਸੰਬੰਧ ਚਿਸ਼ਤੀ ਸੰਪਰਦਾ ਦੇ ਨਾਲ ਸੀ ਚਿਸ਼ਤੀ ਸੰਪਰਦਾ ਜੋ ਆਪ ਉਸ ਦੇ 10ਵੇਂ ਉੱਤਰਾਧਿਕਾਰੀ ਸਨ ਚਿਸ਼ਤੀ ਸੰਪਰਦਾ ਦੇ ਬਾਬਾ ਫਰੀਦ ਜੀ 10ਵੇਂ ਉੱਤਰਾਧਿਕਾਰੀ ਸਨ ਬਾਬਾ ਫਰੀਦ ਜੀ ਦੀ ਜੋ ਬੋਲੀ ਆ ਉਹ ਸਰਲ ਠੇਠ ਅਤੇ ਸੰਜਮ ਵਾਲੀ ਹੈ ਠੀਕ ਹੈ ਜੀ ਬੋਲੀ ਸਰਲ ਹੈ ਠੇਠ ਹੈ ਅਤੇ ਸੰਜਮ ਵਾਲੀ ਹੈ ਬਾਬਾ ਫਰੀਦ ਜੀ ਸੂਫੀ ਕਾਬ ਦੇ ਮੋਢੀ ਸਨ ਜਾਂ ਸੂਫੀ ਕਾਬ ਦੇ ਪਹਿਲੇ ਕਵੀ ਹੈ ਜੋ ਉਹ ਆਪ ਜੀ ਨੂੰ ਮੰਨਿਆ ਜਾਂਦਾ ਹੈ ਸੂਫੀ ਕਾਬ ਦਾ ਮੁੱਢ ਆਪ ਜੀ ਦੀਆਂ ਰਚਨਾਵਾਂ ਦੇ ਨਾਲ ਹੀ ਵੱਜਿਆ। ਬਾਬਾ ਫਰੀਦ ਜੀ ਦਾ ਸਬੰਧ ਪੂਰਵ ਨਾਨਕ ਕਾਲ ਨਾਲ ਹੈ। ਇਹ ਸਾਰੇ ਕਾਲਾਂ ਦੇ ਬਾਰੇ ਵੀ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਦੱਸ ਦਾਂਗੇ। ਇਹ ਨਾਨਕ ਕਾਲ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਸਮਾਂ ਇਹ ਨਾਨਕ ਕਾਲ ਹੈ ਜਾਂ ਗੁਰਮਤ ਕਾਲ ਕਹਿੰਦੇ ਨੇ ਇਹਨੂੰ। ਤਾਂ ਬਾਬਾ ਫਰੀਦ ਜੀ ਦਾ ਸਬੰਧ ਪੂਰਵ ਨਾਨਕ ਕਾਲ ਹੈ। ਭਾਵ ਨਾਨਕ ਕਾਲ ਤੋਂ ਪਹਿਲਾਂ ਹੋਈ ਸੀ ਬਾਬਾ ਫਰੀਦ ਜੀ ਬਾਬਾ ਫਰੀਦ ਜੀ 12ਵੀਂ 13ਵੀਂ ਸਦੀ ਦੇ ਕਵੀ ਸਨ ਆਪ ਨੂੰ ਪੰਜਾਬੀ ਦੇ ਪਹਿਲੇ ਜਾਂ ਪ੍ਰਮਾਣਿਕ ਸਾਹਿਤਕਾਰ ਜਾਂ ਕਵੀ ਮੰਨਿਆ ਜਾਂਦਾ ਹੈ ਵਿਦਵਾਨਾਂ ਨੇ ਆਪ ਨੂੰ ਪੰਜਾਬੀ ਦੇ ਪਹਿਲੇ ਜਾਂ ਪ੍ਰਮਾਣਿਕ ਸਾਹਿਤਕਾਰ ਜਾਂ ਕਵੀ ਦਾ ਦਰਜਾ ਦਿੱਤਾ ਨਿਜ਼ਾਮੁਦੀਨ ਔਲੀਆ ਆਪ ਦੇ ਉੱਤਰਾਧਿਕਾਰੀ ਸਨ ਠੀਕ ਹੈ ਜੀ ਬਾਬਾ ਫਰੀਦ ਜੀ ਦੇ ਜੋ ਉੱਤਰਾਧਿਕਾਰੀ ਸਨ ਉਹ ਸੀ ਨਿਜ਼ਾਮੁਦੀਨ ਔਲੀਆ ਆਪਨੇ ਮੋਢਲੀ ਸਿੱਖਿਆ ਮੌਲਾਨਾ ਮਿਨਹਾਜ ਉਦਦੀਨ ਤੋਂ ਪ੍ਰਾਪਤ ਕੀਤੀ ਬਾਬਾ ਫਰੀਦ ਜੀ ਨੇ ਜੋ ਮੋਢਲੀ ਵਿਦਿਆ ਪ੍ਰਾਪਤ ਕੀਤੀ ਸੀ ਉਹ ਮੌਲਾਨਾ ਮਿਨਹਾਜ ਉਦਦੀਨ ਤੋਂ ਪ੍ਰਾਪਤ ਕੀਤੀ ਸੀ ਅੱਗੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਹੁਣ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਕਿ ਬਾਬਾ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 112 ਸ਼ਲੋਕ ਨੇ ਤਾਂ ਹੁਣ ਇੱਕ ਪੁਆਇੰਟ ਹੋਰ ਧਿਆਨ ਦੇ ਵਿੱਚ ਰੱਖਣਾ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੇ ਨਾਮ ਹੇਠ 130 ਸ਼ਲੋਕ ਦਰਜ ਹਨ ਬਾਬਾ ਫਰੀਦ ਜੀ ਦੇ ਸ਼ਲੋਕ ਨੇ 112 ਪਰੰਤੂ ਬਾਬਾ ਫਰੀਦ ਜੀ ਦੇ ਨਾਮ ਦੇ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 130 ਸ਼ਲੋਕ ਦਰਜ ਹਨ ਹੁਣ 112 ਤਾਂ ਉਹਦੇ ਵਿੱਚੋਂ ਬਾਬਾ ਜੀ ਦੇ ਸ਼ਲੋਕ ਨੇ ਬਾਬਾ ਫਰੀਦ ਜੀ ਦੇ ਸ਼ਲੋਕ ਨੇ ਇਸ ਤੋਂ ਇਲਾਵਾ ਜੋ 18 ਸ਼ਲੋਕ ਬਚ ਗਏ 112 ਤੋਂ ਲੈ ਕੇ 113 ਤੋਂ ਲੈ ਕੇ 130 ਤੱਕ ਜੋ 18 ਸ਼ਲੋਕ ਬਚ ਗਏ ਉਹ ਸ਼ਲੋਕ ਗੁਰੂ ਸਹੀਵਾਨਾਂ ਨੇ ਟਿੱਪਣੀ ਦੇ ਵਜੋਂ ਦਰਜ ਕੀਤੇ ਨੇ ਜੋ 18 ਸ਼ਲੋਕ ਨੇ ਇਹ 18 ਦੇ 18 ਸ਼ਲੋਕ ਚਾਰ ਗੁਰੂ ਸਹੀਵਾਨਾਂ ਨੇ ਟਿੱਪਣੀ ਦੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ ਨੇ ਹੁਣ ਇਹਦੀ ਟ੍ਰਿਕ ਤੁਸੀਂ ਯਾਦ ਰੱਖਣੀ ਹੈ 45 18 45 18 ਟ੍ਰਿਕ ਯਾਦ ਰੱਖਣੀ ਹੈ ਜੀ ਇਹਦੇ ਵਿੱਚ 45 18 ਦਾ ਮਤਲਬ ਹੈ ਜੋ ਪਹਿਲੇ ਗੁਰੂ ਨੇ ਤੀਜੇ ਗੁਰੂ ਜੀ ਚੌਥੇ ਗੁਰੂ ਜੀ ਤੇ ਪੰਜਵੇਂ ਗੁਰੂ ਜੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 4 ਸ਼ਲੋਕ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ 5 ਸ਼ਲੋਕ ਸ੍ਰੀ ਗੁਰੂ ਰਾਮਦਾਸ ਜੀ ਨੇ 1 ਸ਼ਲੋਕ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 8 ਸ਼ਲੋਕ ਨੇ ਜੋ ਉਹਨਾਂ ਦੇ ਉੱਪਰ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਉੱਪਰ ਟਿੱਪਣੀ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ ਨੇ ਤਾਂ ਇਹਨਾਂ ਸਾਰਿਆਂ ਦੀ ਗਿਣਤੀ 18 ਹੋ ਜਾਂਦੀ ਹੈ 4 ਤੇ 5 9 ਤੇ 1 10 ਤੇ 8 18 ਯਾਦ ਰੱਖਣਾ ਜੀ ਦੂਜੇ ਗੁਰੂ ਸਾਹਿਬਾਨ ਦਾ ਬਾਬਾ ਫਰੀਦ ਜੀ ਦਾ ਬਾਬਾ ਫਰੀਦ ਜੀ ਦੀ ਟਿੱਪਣੀ ਪਰ ਜੋ ਕੋਈ ਵੀ ਸ਼ਲੋਕ ਦਰਜ ਨਹੀਂ ਹੈ ਪਹਿਲੇ ਗੁਰੂ ਸਹੀਵਾਨ ਦੇ 4 ਤੀਜੇ ਗੁਰੂ ਸਹੀਵਾਨ ਦੇ 5 ਚੌਥੇ ਗੁਰੂ ਸਹੀਵਾਨ ਦਾ 1 ਤੇ ਪੰਜਵੇਂ ਗੁਰੂ ਸਹੀਵਾਨ ਦੇ 8 ਪਿਆਰੇ ਵਿਦਿਆਰਥੀਓ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਖੇਤ ਤੱਕ ਜਰੂਰ ਦੇਖਿਓ ਚੈਨਲ ਦੇ ਉੱਪਰ ਜੇਕਰ ਤੁਸੀਂ ਪਹਿਲੀ ਵਾਰੀ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਬਾ ਫਰੀਦ ਜੀ ਦਾ ਰਹਿਣ ਸਹਿਣ ਸੀ ਜੋ ਉਹ ਸਬਰ ਸੰਤੋਖ ਅਤੇ ਗਰੀਬੀ ਵਾਲਾ ਸੀ ਸੀਰੂਲ 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 올ੀਆ ਪੁਸਤਕ ਦੇ ਕਰਤਾ ਨੇ ਸੀਰੂਲ 올ੀਆ ਪੁਸਤਕ ਲਿਖੀ ਸੀ ਹਜ਼ਰਤ ਕਿਰਮਾਨੀ ਜੀ ਨੇ ਇਹਨਾਂ ਨੇ ਬਾਬਾ ਫਰੀਦ ਜੀ ਨੂੰ ਸ਼ੈਫੂ ਸ਼ੈਖੁਲ ਮੁਲਲ ਮੁਸ਼ਾਇਕ ਸ਼ੈਖੁਲ ਮੁਸ਼ਾਇਕ ਦੀ ਉਪਾਧੀ ਦਿੱਤੀ ਹੈ ਸ਼ੈਪ ਸ਼ੈਖੁਲ ਮੁਲਲ ਮੁਲਾਈਖ ਦਾ ਭਾਵ ਹੈ ਜੀ ਪੀਰਾਂ ਦਾ ਪੀਰ ਪ੍ਰਸ਼ਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਬਾਬਾ ਫਰੀਦ ਜੀ ਨੂੰ ਪੀਰਾਂ ਦੇ ਪੀਰ ਦੀ ਉਪਾਧੀ ਕਿਸ ਨੇ ਦਿੱਤੀ ਹੈ ਉਹ ਦਿੱਤੀ ਹੈ ਜੀ ਹਜ਼ਰਤ ਕਿਰਮਾਨੀ ਨੇ ਜੋ ਕਿ ਸੀਰੂਲ 올ੀਆ ਪੁਸਤਕ ਦਾ ਨਰਮਤਾ ਹੈ ਬਾਬਾ ਫਰੀਦ ਜੀ ਨੂੰ ਸੂਫੀ ਸਾਦਨਾ ਦੇ ਪਹਿਲੇ ਪੜਾ ਦਾ ਕਵੀ ਮੰਨਿਆ ਜਾਂਦਾ ਹੈ। ਵੈਸੇ ਤਾਂ ਜੋ ਸੂਫੀ ਕਾਬ ਦੇ ਚਾਰ ਪੜਾਣੇ ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਪਰੰਤੂ ਇੱਕ ਵਾਰ ਮਾਸਟਰ ਗ੍ਰੈਜੂਏਟਰ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਸੂਫੀ ਕਾਬ ਦੇ 6 ਪੜਾ ਮੰਨੇ ਸੀ। ਠੀਕ ਹੈ ਜੀ ਬਾਬਾ ਫਰੀਦ ਜੀ ਨੂੰ ਸੂਫੀ ਸੂਫੀ ਕਾਬ ਦੇ ਪਹਿਲੇ ਪੜਾ ਦਾ ਕਵੀ ਮੰਨਿਆ ਜਾਂਦਾ ਹੈ। ਬਚਪਨ ਤੋਂ ਹੀ ਆਪ ਸ਼ਰਧ ਦੇ ਪਵੰਦ ਸਨ। ਮੁਸਲਿਮਾਂ ਜਾਂ ਸੂਫੀ ਕੇ ਸੂਫੀਆਂ ਦੇ ਵਿੱਚ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਨੂੰ ਸ਼ਰ੍ਹਾ ਦੇ ਨਿਯਮ ਕਹਿੰਦੇ ਨੇ ਬਾਬਾ ਫਰੀਦ ਜੀ ਸ਼ਰ੍ਹਾ ਦੇ ਨਿਯਮਾਂ ਦੇ ਪਵੰਤ ਸਨ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪ੍ਰਮਾਤਮਾ ਦੀ ਭਜਨ ਬੰਦਗੀ ਦੇ ਵਿੱਚ ਲਗਾਤੀ ਤੇ ਬਾਬਾ ਫਰੀਦ ਜੀ 93 ਸਾਲ ਦੀ ਉਮਰ ਦੇ ਵਿੱਚ 1266 ਈਸਵੀ ਦੇ ਵਿੱਚ ਪਾਕਪਟਨ ਦੇ ਵਿਖੇ ਜੋਤੀ ਜੋਤ ਸਮਾ ਗਏ ਹੁਣ ਬਾਬਾ ਫਰੀਦ ਜੀ ਦਾ ਜੇਕਰ ਆਪਾਂ ਜੀਵਨ ਦੀ ਗੱਲ ਕਰੀਏ 1173 ਤੋਂ ਲੈ ਕੇ 1266 ਈਸਵੀ ਤੱਕ ਆ ਜੋ ਬਾਬਾ ਫਰੀਦ ਜੀ ਦਾ ਜੀਵਨ ਬੰਦਾ ਹੈ ਲਗਭਗ 93 ਸਾਲ ਦੀ ਉਮਰ ਸੀ ਜੋ ਉਹ ਬਾਬਾ ਫਰੀਦ ਜੀ ਨੇ ਭੋਗੀ ਸੀ ਪਾਕਪਟਨਤ ਦੇ ਵਿੱਚ ਜੋਤੀ ਜੋਤ ਸਮਾਇੀ ਸੀ ਫਰੀਦਕੋਟ ਸ਼ਹਿਰ ਦਾ ਨਾਮ ਆਪ ਜੀ ਦੇ ਨਾਮ ਤੇ ਹੀ ਪਿਆ ਫਰੀਦਕੋਟ ਠੀਕ ਹੈ ਜੀ ਕਿਰਪਾਲ ਸਿੰਘ ਕਸੇਲ ਦੇ ਅਨੁਸਾਰ ਧਿਆਨ ਰੱਖਣਾ ਜੀ ਕ੍ਰਿਪਾਲ ਸਿੰਘ ਕਸੇਲ ਨੇ ਜੋ ਉਹਨਾਂ ਦੇ ਅਨੁਸਾਰ ਬਾਬਾ ਫਰੀਦ ਜੀ ਦੇ ਨਾਮ ਸਿਰਲੇਖ ਹੈ 132 ਸ਼ਲੋਕ ਦਰਜ ਨੇ ਆਪਾਂ ਨੇ ਉੱਪਰ ਪੜਿਆ ਕਿ 130 ਸ਼ਲੋਕ ਦਰਜ ਨੇ ਪਰ ਜੋ ਕ੍ਰਿਪਾਲ ਸਿੰਘ ਕਸੇਲ ਹੈ ਉਹਨਾਂ ਨੇ ਲਿਖਿਆ ਕਿ 132 ਸ਼ਲੋਕ ਦਰਜ ਨੇ ਤਾਂ ਉਹਨਾਂ ਬਾਬਾ ਫਰੀਦ ਜੀ ਨੇ ਜੋ ਉਹਨਾਂ ਨੇ ਪ੍ਰਭੂ ਦੀ ਭਗਤੀ ਦੇ ਲਈ ਸਭ ਤੋਂ ਪਹਿਲਾਂ ਪਤੀ ਪਤਨੀ ਦਾ ਅਲੰਕਾਰ ਵਰਤਿਆ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਪ੍ਰਭੂ ਭਗਤੀ ਦੇ ਲਈ ਐ ਪਤੀ ਪਤਨੀ ਦਾ ਅਲੰਕਾਰ ਵਰਤੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਕਿ ਬਾਬਾ ਫਰੀਦ ਜੀ ਸੀ ਜੋ ਉਹ ਚਿਸ਼ਤੀ ਸੰਪਰਦਾ ਦੇ ਨਾਲ ਸੰਬੰਧ ਸੀ ਉਹਨਾਂ ਦਾ ਠੀਕ ਹੈ ਜੀ ਇਹਨਾਂ ਦੀ ਬੋਲੀ ਹੈ ਜਿਹੜੀ ਉਹ ਮੁਲਤਾਨੀ ਜਾਂ ਲੈਂਦੀ ਉਪਭਾਸ਼ਾ ਵਿੱਚ ਹੈ। ਮੁਲਤਾਨੀ ਜਾਂ ਲੈਂਦੀ ਉਪਭਾਸ਼ਾ ਦੇ ਵਿੱਚ ਹੈ। ਹੁਣ ਬਾਬਾ ਫਰੀਦ ਜੀ ਦੇ ਕੁਝ ਮਹੱਤਵਪੂਰਨ ਸ਼ਲੋਕ ਨੇ ਜਿਵੇਂ ਕੰਧੀ ਉੱਤੇ ਰੁਖੜਾ ਕਿਚਰਕ ਬੰਨੀ ਧੀਰ ਕੱਚੇ ਫਰੀਦਾ ਕੱਚੇ ਭਾਂਡੇ ਰੱਖੀ ਐ ਕਿਚਰਕ ਤਾਈ ਨੀਰ ਬਾਬਾ ਫਰੀਦ ਜੀ ਦੇ ਜੋ ਬਹੁਤ ਸਾਰੇ ਸ਼ਲੋਕ ਨੇ ਉਹਨਾਂ ਦੇ ਵਿੱਚ ਬਾਬਾ ਫਰੀਦ ਜੀ ਦਾ ਨਾਮ ਆਉਂਦਾ ਜਿਵੇਂ ਰੁਖੀ ਸੁਖੀ ਖਾਈ ਕੈ ਠੰਡਾ ਪਾਣੀ ਪੀ ਫਰੀਦਾ ਵੇਖ ਪ੍ਰਾਈ ਚੋਪੜੀ ਨਾ ਤਰਸਾਏ ਜੀ ਫਰੀਦਾ ਜੰਗਲ ਜੰਗਲ ਕਿਆ ਭਵ ਵਨ ਕੰਡਾ ਮੜਹਿ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੁੰਢ ਐ ਠੀਕ ਹੈ ਜੀ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲਿਖਾ ਰੱਬ ਮੰਗੇਸੀਆ ਤੂ ਆਹੋ ਕਿਹੜੇ ਕੰਮ ਫਰੀਦਾ ਕਾਲੀ ਮੇਰੀ ਕੰਬਲੀ ਕਾਲਾ ਮੇੜਾ ਵੇਸ਼ ਗੁਨੀ ਭਰਿਆ ਮੈਂ ਫਿਰਾਂ ਲੋਕੀ ਕਹੇ ਦਰਵੇਸ਼ ਇਹ ਬਾਬਾ ਫਰੀਦ ਜੀ ਦੇ ਮਹੱਤਵਪੂਰਨ ਸ਼ਲੋਕ ਨੇ ਜੀ ਇਸ ਤੋਂ ਇਲਾਵਾ ਜੋ ਰਾਗ ਆਸਾ ਦੇ ਵਿੱਚ ਉਹਨਾਂ ਦਾ ਸ਼ਬਦ ਹੈ ਓਏ ਜੀ ਦਿਲ ਮੁਹੱਬਤ ਜਿਨ ਸਈ ਸੱਚਿਆ ਬੋਲੇ ਸ਼ੇਖ ਫਰੀਦ ਪਿਆਰੇ ਅਲਹਾ ਲਗੈ ਤੇ ਰਗ ਸੁਹੀ ਦੇ ਵਿੱਚ ਆ ਜੀ ਤਪ ਤਪ ਲੋਹੀ ਲੋਹੀ ਹਾਥ ਮਰੋ ਰਿਓ ਬੇੜਾ ਬੰਧ ਨਾ ਸਕਿਓ ਬੰਦਨ ਕੀ ਬੇਲਾ ਠੀਕ ਹੈ ਜੀ ਇਹ ਹੀ ਸੀ ਬਾਬਾ ਫਰੀਦ ਜੀ ਨਾਲ ਸੰਬੰਧਿਤ ਮੌਤੀ ਬਹੁਤ ਪੂਰਨ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਸ਼ਾਹ ਹੁਸੈਨ ਦੇ ਬਾਰੇ ਲੈਕਚਰ ਨੰਬਰ 5 ਦੇ ਵਿੱਚ ਲੈਕਚਰ ਨੰਬਰ 6 ਦੇ ਵਿੱਚ ਬੁੱਲੇ ਸ਼ਾਹ ਜੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਿਆਰੇ ਵਿਦਿਆਰਥੀਓ ਟੈਸਟ ਦੀ ਪੂਰੀ ਤਿਆਰੀ ਸੀਰੀਅਲ ਆਰਡਰ ਦੇ ਵਿੱਚ ਸਿਲੇਬਸ ਦੇ ਅਨੁਸਾਰ ਕਰਨ ਦੇ ਲਈ ਤੁਹਾਡਾ ਆਪਣਾ YouTube ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰam ਚੈਨਲ ਦਾ ਲਿੰਕ ਦਿੱਤਾ ਗਿਆ ਹੈ ਟੈਲੀਗ੍ਰam ਚੈਨਲ ਦੇ ਨਾਲ ਜਰੂਰ ਜੁੜੋ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ